ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਸਵਾਗਤ ਹੈ ਚੈਨਲ ਵਿੱਚ ਤੇ ਅਗਲੀ ਵੀਡੀਓ ਲੈ ਕੇ ਹਾਜ਼ਰ ਹਾਂ ਮੈਂ ਅੱਜ ਆਪਾਂ ਕਰਨ ਜਾ ਰਹੇ ਹਾਂ ਪ੍ਰਸ਼ਨ ਉੱਤਰ ਜਮਾਤ 9ਵੀਂ CBSE ਅਤੇ PSEB ਕਹਾਣੀ ਜਿਹੜੀ ਹੈਗੀ ਇਹਦੇ ਜਨਮ ਦਿਨ ਉਹਦੇ ਆਪਾਂ ਪ੍ਰਸ਼ਨ ਉੱਤਰ ਕਰਾਂਗੇ ਤੇ ਬਹੁਤ ਛੋਟੇ ਪ੍ਰਸ਼ਨ ਉੱਤਰ ਨੇ ਇੱਕ ਇੱਕ ਅੰਕਾਂ ਵਾਲੇ ਤੇ ਆਓ ਸ਼ੁਰੂ ਕਰਦੇ ਹਾਂ ਆਪਾਂ ਪ੍ਰਸ਼ਨ ਉੱਤਰ ਜੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰਨਾ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤੇ ਆਉਣ ਵਾਲੀਆਂ ਨਵੀਂ ਵੀਡੀਓਜ਼ ਦੇਖਣ ਲਈ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ। ਪ੍ਰਸ਼ਨ ਨੰਬਰ 1 ਹੈ ਜਨਮ ਦਿਨ ਕਹਾਣੀ ਕਿਸ ਦੀ ਰਚਨਾ ਹੈ? ਉੱਤਰ ਹੈ ਸ਼ਵਿੰਦਰ ਸਿੰਘ ਉਪਲ ਦੀ। ਪ੍ਰਸ਼ਨ ਨੰਬਰ 2 ਹੈ ਜੁਗਲ ਪ੍ਰਸ਼ਾਦ ਦੀ ਤਨਖਾਹ ਕਿੰਨੇ ਰੁਪਏ ਵਧੀ ਸੀ? ਉੱਤਰ ਹੈ 5 ਰੁਪਏ। ਪ੍ਰਸ਼ਨ ਨੰਬਰ 3 ਹੈ ਜੁਗਲ ਪ੍ਰਸ਼ਾਦ ਦੇ ਸਭ ਤੋਂ ਛੋਟੇ ਮੁੰਡੇ ਦਾ ਕੀ ਨਾਂ ਸੀ? ਉੱਤਰ ਹੈ ਜੁਗਲ ਪ੍ਰਸ਼ਾਦ ਦੇ ਸਭ ਤੋਂ ਛੋਟੇ ਮੁੰਡੇ ਦਾ ਨਾਂ ਜੋਤੀ ਸੀ। ਨੰਬਰ 4 ਹੈ ਜਗਲ ਪ੍ਰਸ਼ਾਦ ਦੀ ਘਰਵਾਲੀ ਦਾ ਕੀ ਨਾਂ ਸੀ ਉੱਤਰ ਹੈ ਜਗਲ ਪ੍ਰਸ਼ਾਦ ਦੀ ਘਰਵਾਲੀ ਦਾ ਨਾਂ ਦੇਵਕੀ ਸੀ ਪ੍ਰਸ਼ਨ ਨੰਬਰ 5 ਛੇ ਮਹੀਨੇ ਬਾਅਦ ਹੋਏ ਪੇਪਰਾਂ ਵਿੱਚ ਜੋਤੀ ਦੀ ਕੀ ਰਿਪੋਰਟ ਸੀ ਉੱਤਰ ਹੈ ਜੋਤੀ ਜਮਾਤ ਵਿੱਚ ਸਭ ਤੋਂ ਅੱਗੇ ਸੀ ਅਗਲਾ ਪ੍ਰਸ਼ਨ ਹੈ ਆਪਣੇ ਕਲਰਕ ਸਾਥੀਆਂ ਨਾਲ ਜਗਲ ਪ੍ਰਸ਼ਾਦ ਕਿਸ ਦੀ ਲਿਆਕਤ ਬਾਰੇ ਗੱਲਾਂ ਕਰਦਾ ਸੀ ਉੱਤਰ ਹੈ ਜੋਤੀ ਦੀ ਲਿਆਕਤ ਬਾਰੇ ਅਗਲਾ ਪ੍ਰਸ਼ਨ ਹੈ ਆਪ ਨੇ ਬਾਕੀ ਦੇ ਧੀਆ ਪੁੱਤਰਾਂ ਨੂੰ ਜਗਲ ਪ੍ਰਸ਼ਾਦ ਕਿਸ ਵਾਂਗ ਬਣਨ ਦੀ ਪ੍ਰੇਰਣਾ ਦਿੰਦਾ ਸੀ ਤੇ ਇਸ ਦਾ ਉੱਤਰ ਹੈ ਜੋਤੀ ਵਾਂਗ ਅਗਲਾ ਪ੍ਰਸ਼ਨ ਹੈ ਨਾਗਰਿਕ ਸਭਾ ਨੇ ਕਿਸ ਦਾ ਜਨਮ ਦਿਨ ਮਨਾਉਣਾ ਸੀ ਉੱਤਰ ਹੈ ਜਵਾਲਾ ਪ੍ਰਸ਼ਾਦ ਦਾ ਤੇ ਬੱਚਿਓ ਇਹ ਸੀ ਆਪਣੇ ਪ੍ਰਸ਼ਨ ਉੱਤਰ ਪਾਠ ਜਨਮ ਦਿਨ ਦੇ ਤੇ ਜੇ ਤੁਸੀਂ ਇਸ ਪਾਠ ਦੀ ਪੂਰੀ ਡਿਸਕ੍ਰਿਪਟ ਮਤਲਬ ਐਕਸਪਲੇਨੇਸ਼ਨ ਦੇਖਣੀ ਹੈ ਲੈਸਨ ਦੀ ਸਾਰ ਤਾਂ ਉਹਦਾ ਡਿਸਕ੍ਰਿਪਸ਼ਨ ਮੈਂ ਆਪਣੇ ਲਿੰਕ ਜਿਹੜਾ ਹੈ ਡਿਸਕ੍ਰਿਪਸ਼ਨ ਵਿੱਚ ਪਾ ਦਵਾਂਗੀ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਏ ਤਾਂ ਉਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ